ਸੀ, ਅਸਾਂ ਤਾਂ ਮਜ਼ਦੂਰ, ਤੁਹਾਡਾ ਇਹਸਾਨ ਹੋ ਸੀ। ਤੁਸਾਂ ਮੇਰੇ ਨਾਲ ਹੀ ਭਲਾ ਕਰਨ ਦੇ ਤਾਂ ਜੀ ਦੋਸਤੋ, ਇਹ ਔਰਤ ਮਜਬੂਰ ਹੈ ਮੂਜ਼ਾ ਦੇ, ਜੋ ਹੈਲਪ ਥੀ ਸਕੇ, ਜੋ ਤਾਉਣ ਥੀ ਸਕੇ, ਇਹ ਮੇਰੇ ਨਾਲ ਨਕਰੇ ਸਰ ਲਾਜ਼ਮੀ, ਕਿਉਂਕਿ ਅੱਲਾ ਦੇ ਵਾਸਤੇ, ਕਿਉਂਕਿ ਬੰਦਾ ਨਾ ਫਜ਼ੂਲ ਖਰਚਾ ਸਾਂ ਕਰੇ ਨਿਆ ਹੈ। ਰਾਜ਼ੀ ਵੇ, ਠੀਕ ਹੈ ਨਾਨੀ, ਮਿਹਰਬਾਨੀ, ਇਨਸ਼ਾਅੱਲਾ ਜੋ ਸਾਰੇ ਤਰਫੋਂ ਨਤਾ ਹੁੰਦੀ ਸੀ ਅਸਾਂ ਕਰੇ ਸੂੰ, ਮੈਂ ਦੋਸਤਾਂ ਕੋ ਆਦਾ ਪਿਆ। ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ, ਮੈਂ ਮੁਹੰਮਦ ਅਦਨਾਨ ਔਰ ਤੁਸਾਂ ਦੇ ਮੇਰੇ ਯੂਟਿਊਬ ਚੈਨਲ ਗੁਲਾਬ ਟੀਮ। ਉਮੀਦ ਕਰਨਾ ਅੱਲਾ ਦੇ ਕਰਮ ਨਾਲ, ਅੱਲਾ ਦੇ ਫਜ਼ਲ ਨਾਲ ਮੈਂ ਵੀ ਠੀਕ ਹਾਂ ਔਰ ਤੁਸਾਂ ਵੀ ਠੀਕ ਹੋ ਸੋ। ਤਾਂ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਸੋ, ਲਾਈਕ ਕਰੋ ਅਤੇ ਕਰੇ ਨੇ ਵੀਡੀਓ ਸਟਾਰਟ। ਦੋਸਤੋ, ਅੱਜ ਦੀ ਵੀਡੀਓ ਇੱਕ ਬੜੀ ਸੀਰੀਅਸ ਹੈ ਔਰ ਬੜੀ ਇੱਕ ਮੁਹਿੰਮ ਨਾ ਕੇ, ਤਾਂ ਵੀਡੀਓ ਪੂਰੀ ਵਾਚ ਕਰਨੇ। ਇਹ ਸਾਡੀ ਔਰਤ ਬੇਟੀ ਬਜ਼ੁਰਗ ਹੈ, ਇਹਨਾਂ ਨਾਲ ਨਾ ਸਾਰੀ ਨਾ ਘਰ ਤੋਂ ਕਾਫੀ ਦੂਰ ਇਹਨਾਂ ਦਾ ਘਰ ਹੈ, ਮੈਂ ਉੱਥੇ ਆਇਆ ਬੈਠਾ, ਇਹਨਾਂ ਨੇ ਆ ਕੇ ਮੇਰੀ ਵੀਡੀਓ ਬਣਾ, ਤਾਂ ਕਿਉਂਕਿ ਇਹ ਬੇਵਾ ਔਰਤ ਹੈ, ਇਹਦੇ ਕੋਲ ਹਾਲ ਵਾਲ ਕਰੇ ਸੂੰ, ਨਾ ਤੇਰੇ ਘਰ ਦੀ ਰੂਟੀਨ, ਨਾ ਕਿਵੇਂ ਕਿਵੇਂ ਤੇਰਾ ਨਾ ਘਰ ਚੱਲਦਾ ਪਿਆ, ਕਿਆ ਸੁਰਤ ਹਾਲ ਹੈ, ਕਿਵੇਂ ਸਿਸਟਮ ਹੈ। ਤਾਂ ਵੀਡੀਓ ਪੂਰੀ ਵਾਚ ਕਰਨੀ ਹੈ, ਤਾਂ ਵੀਡੀਓ ਸਕਿਪ ਨਹੀਂ ਕਰਨੀ, ਇਨਸ਼ਾਅੱਲਾ ਇਹਨਾਂ ਨਾਲ ਮੈਂ ਹੁਣ ਹਾਲ ਵਾਲ ਕਰੇ ਸਾਂ, ਤਾਂ ਇਹਦੇ ਕੋਲ ਨਾ ਪੁੱਛਦੇ ਨਾ ਕਿਆ ਸੁਰਤ ਹਾਲ ਹੈ ਤੁਹਾਡੇ। ਮੁੰਬਈ ਦੇ ਘਰ ਮੌਜੂਦ ਹਾਂ, ਪਹਿਲੇ ਮੈਂ ਇਹਦੇ ਘਰ ਦਾ ਮੈਂ ਵਿਜ਼ਿਟ ਕਰਾਵਾਂ, ਮੁੰਬਈ ਦੇ ਘਰ ਮੈਂ ਆ ਗਿਆ, ਉਹ ਨਾਲ ਹਾਲ ਵਾਲ ਕਰੇ ਸੂੰ, ਕਿਆ ਸੁਰਤ ਹਾਲ ਹੈ ਜੀ। ਅਸਲਾਮ ਅਲੈਕੁਮ। ਨਾਨੀ ਕਿਆ ਹਾਲ ਹੈ, ਠੀਕ ਠਾਕ ਖਰੀਆ ਤੇ? ਠੀਕ ਤਬੀਅਤ ਠੀਕ ਹੈ? ਠੀਕ ਨਾ, ਖੈਰ ਖਰੀਆ ਤੇ? ਸ਼ੁਕਰ ਹੈ, ਜੋ ਜੱਟ ਗੁਜ਼ਰਦਾ ਪੇ ਸ਼ੁਕਰ ਹੈ। ਨਾਨੀ ਇਹ ਦੱਸੇ ਸੋ, ਕਿਹੜੀ ਜਗ੍ਹਾ ਤੇ ਮੌਜੂਦ ਹੈ? ਮੇਰੇ ਘਰ ਵਾਲੇ ਕੋ 8-9 ਸਾਲ ਥੀ ਗਏ, ਬਹੁਤ ਹੈ, ਮੈਂ ਕੱਲੀ ਹਾਂ। ਅੱਛਾ, ਤੇ ਔਲਾਦ ਹੈ ਤੁਹਾਡੀ ਕੋਈ? ਮੇਰੀ ਕੋਈ ਇੱਛਾ ਕਹਾਣੀ, ਮੈਂ ਅੱਲਾ ਦੀ ਆਸ। ਅੱਛਾ, ਔਲਾਦ ਕਹਿ ਨਹੀਂ ਤੁਹਾਡੀ? ਬਿਲਕੁਲ ਕਹਿਣਾ। ਅੱਛਾ, ਇਹ ਦੱਸੇ ਸੋ, ਨਾਨੀ ਨਾ ਤੁਹਾਡੇ ਨਾ ਸ਼ੋਰ ਕੋ ਫੋਤ ਥੇ, ਕਿੰਨਾ ਕਿਤਨਾ ਅਰਸਾ ਦੇ ਗਏ? ਮੇਰੇ ਘਰ ਵਾਲੇ ਕੋ 8-9 ਸਾਲ ਥੀ। 8-9 ਸਾਲ ਥੀ ਗਏ, ਤੇ ਕਿੰਨਾ ਕਿਵੇਂ ਗੁਜ਼ਾਰਾ ਥਿੰਦੇ, ਨਾ ਕਿਵੇਂ ਸਿਸਟਮ? ਆ ਖਾਸ ਖਾ ਮਿਹਨਤ ਕਰੇ ਨੀਆਂ ਲੋਕਾਂ ਨੀਆਂ ਘਰਾਂ ਰੋਟੀ ਚਾਂ ਕੰਮ ਕੀਤਾ ਤਾਂ ਰੋਜ਼ੀ ਕਰ। ਅੱਛਾ, ਹਾਂ, ਅੱਜ ਕੱਲ ਮਹਿੰਗਾਈ ਹੈ, ਮਹਿੰਗਾਈ ਲੱਗੀ ਖੜੀ ਹੈ, ਪੂਰੀ ਨਹੀਂ ਹੁੰਦੀ। ਅੱਛਾ, ਤੇ ਉਹ ਕੋਈ ਇਮਦਾਦ ਵਗੈਰਾ ਕੋਈ ਕਰੇ ਨੇ ਤੁਹਾਗੋ? ਇਮਦਾਦ ਕੀ ਸਕਦਾ ਤਾਂ ਕਰੋ ਨਾ, ਉਹ ਕਹਿ ਕੀ ਤੇ ਤੁਹਾਡੀ ਇਮਦਾਦ? ਬਿਲਕੁਲ ਕਹਿਣਾ। ਕਹਿਣਾ? ਅੱਛਾ, ਹਾਂ, ਇਹ ਜਗ੍ਹਾ ਤੁਹਾਡੀ ਆਪਣੀ ਹੈ ਜਾਂ ਕਿਰਾਏ ਤੇ? ਅੱਛਾ, ਇਹ ਜਗ੍ਹਾ ਤੁਹਾਡੀ ਆਪਣੀ ਹੈ ਕਿਰਾਏ ਤੇ? ਕਿਰਾਏ? ਅੱਛਾ, ਨਾ ਕਿਰਾਏ ਤੇ, ਨਾ ਕਿਰਾਏ ਕਿ ਨਾ ਕਿਤੇ ਭਰੇ ਨੇ ਵੇ? ਹਜ਼ਾਰੀ ਭਰੇ ਨੀਆਂ, ਡੂਈ ਭਰੇ ਨੀਆਂ, ਹੂੰ, ਜਿਵੇਂ ਮੰਗਦੇ ਦੋਨੋਂ ਮੰਗਦੇ ਨੇ। ਅੱਛਾ ਅੱਛਾ, ਤੇ ਰੋਟੀ ਪਾਣੀ ਉਹ ਕਿਵੇਂ ਸਿਸਟਮ? ਕਿਤੇ ਕਿਤੋਂ ਰੋਟੀ ਪਾਣੀ? ਬਸ ਮਜ਼ਦੂਰੀ ਕਰਕੇ ਖਾਣੀਆਂ। ਨਾ ਕੀ ਮਜ਼ਦੂਰੀ ਕਰਨ ਦੇ, ਕਿੱਦਾਂ ਕੰਮ ਕਰਨ ਦੇ? ਬਸ ਜਿਵੇਂ ਕੋਈ ਆਖਿਆ ਚਾ ਥਾਂ ਆਖੇ ਧੋਤੇ ਚਾ ਜਾਂ ਜਿਵੇਂ ਕੋਈ ਆਖਿਆ ਚਾ। ਅੱਛਾ, ਤੇ ਇਹ ਦੱਸੇ ਸੋ, ਇਹ ਵੀਡੀਓ ਤੁਹਾਡੀ ਬਣਦੀ ਪਈ ਹੈ, ਨਾ ਤੁਸੀਂ ਰਾਜ਼ੀ ਹੋ ਇਹ ਵੀਡੀਓ ਤੇ? ਜੀ ਜੀ ਰਾਜ਼ੀ। ਤੁਹਾਡੇ ਇਹਨਾਂ ਨਾ ਮਿਸਾਲ ਕੱਲ ਕੋਈ ਮਸਲਾ ਤਾਂ ਕਹਿ ਨਹੀਂ ਕਹਿ, ਤੁਸੀਂ ਆਹ ਵੀਡੀਓ ਬਣਾਉਂਦੇ ਪਈ ਵੇ ਨਾ, ਰਾਜ਼ੀ ਥੀ ਤੇ? ਦੋਸਤੋ, ਮੈਂ ਨਾ ਬਜ਼ੁਰਗ ਦੀ ਮੈਂ ਵੀਡੀਓ ਬਣਾਈ ਹੈ, ਤਾਂ ਮਸਲਾ ਇਹ 8-9 ਸਾਲ ਸੀਗੇ ਇਹਨਾਂ ਦਾ ਹਸਬੈਂਡ ਨਾ ਫੋਤ ਥੀ ਗਏ, ਉਹ ਵੀ ਬਜ਼ੁਰਗ ਹਨ, ਉਹ ਬਿਮਾਰ ਰਹਿੰਦੇ ਹਨ, ਤੇ ਆਪ ਬਿਮਾਰ ਹੋ ਤੁਸਾਂ, ਤੇ ਇਹਨਾਂ ਦੇ ਬਾਲ ਬੱਚੇ ਨਾ ਕੋਈ ਕਹਿੰਦੇ ਫੈਮਿਲੀ 'ਚ ਨਕਲ ਹਨ, ਤੇ ਇਹ ਮਿਹਨਤ ਮਜ਼ਦੂਰੀ ਕਰਨ ਅਤੇ ਰੁਜ਼ਗਾਰ ਕਰੇ ਨੇ ਅਤੇ ਖਾਂਦੇ ਹਨ, ਅਤੇ ਇਹਨੇ ਕੋਲ ਮੈਂ ਫੋਨ ਨੰਬਰ ਮੈਂ ਗਿਣ ਗਿਣ ਸਾਂ, ਇਹਨੇ ਦਾ ਨੰਬਰ ਮੈਂ ਤੁਹਾਨੂੰ ਮੈਂ ਦੇ ਸਾਂ, ਕੋਈ ਮਸਲਾ ਹੋ ਸੀ ਜੈ ਸਪੋਰਟ ਕਰਨੀ ਇਹ ਨੰਬਰ 'ਤੇ ਰਾਬਤਾ ਕਰੇ ਸਨ, ਕਿਉਂਕਿ ਉਵੇਂ ਤਾਂ
ਅਸਾਂ ਲੋਕ ਨੰਨਾ ਫਜ਼ੂਲ ਪੈਸਾ ਉਡਾ ਦਿੰਦੇ ਹਾਂ ਜਾਂ ਕਈ ਬੇਵਾਦੀ ਜਾਂ ਕਈ ਦੀ ਹੈਲਪ ਫਿਕਤੀ ਵੀ ਸੀ ਇਹ ਇਹ ਦੁਨੀਆ ਬਣਵੀ ਸੀ ਅਤੇ ਅਗਲੀ ਦੁਨੀਆ ਬਣਵੀ ਸੀ ਮੈਂ ਹੁਣ ਇਹਦੇ ਘਰ ਦਾ ਮੈਂ ਵਿਜ਼ਿਟ ਮੈਂ ਕਰਵਾਉਂਦਾ ਤੁਹਾਨੂੰ ਆਓ ਨਾ ਨਹੀਂ ਕਿਤੇ ਆਵੇ ਸਭ ਅੱਛਾ ਮੇਰੇ ਕੋਲ ਆਪਣੇ ਘਰ ਦਾ ਵਿਜ਼ਿਟ ਕਰਵਾਓ ਐਸੇ ਹੀ ਹੁਣ ਦੇ ਕਿਚਨ ਵਿੱਚ ਆ ਗਏ ਹੈ ਇਹ ਇਹਨਾਂ ਦਾ ਕਿਚਨ ਹੈ ਇਹ ਤੋਂ ਮੈਂ ਦਿਖਾਵਾਂ ਇੱਥਾਂ ਇਹ ਭਾਅ ਵਗੈਰਾ ਇਹ ਨੰਬਰ ਲੈਂਦੇ ਹਨ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਛੱਕ ਪਾਤੀ ਹੋਈ ਇਹਨਾਂ ਦੀ ਅਤੇ ਸਾਹਮਣੇ ਤੋਂ ਮੈਂ ਦਿਖਾ ਦੇਵਾਂ ਇੱਕ ਕੱਚਾ ਥੱਲਾ ਹੈ ਘਰ ਦਾ ਕੋਈ ਹਾਲ ਕਹਿ ਨਹੀਂ ਗੇਟ ਪੁਰਾਣੇ ਇਹ ਦਿਖਾ ਰਿਹਾ ਤੁਹਾਨੂੰ ਮੈਂ ਬਿਲਕੁਲ ਗੇਟ ਨਾ ਪੁਰਾਣਾ ਹੈ ਮੇਰਾ ਖਿਆਲ ਹੈ ਅੱਜ ਕੱਲ੍ਹ ਉਠਾਇ ਨਾ ਮੰਜੇ ਸਵੀ ਵਿਖਾ ਦੀ ਹੋਈ ਇਹਦੇ ਆਵੇ ਸੋ ਇੱਥੋਂ ਬਸ ਜੀ ਦੋਸਤੋ ਇਹ ਔਰਤ ਮਜਬੂਰ ਹੈ ਬਹੁਤ ਜ਼ਿਆਦਾ ਜੋ ਹੈਲਪ ਥੀ ਸਕੇ ਜੋ ਤਾਉਣ ਥੀ ਸਕੇ ਈ ਮੇਰੇ ਨਾਲ ਨਕਰੇ ਸਰ ਲਾਜ਼ਮੀ ਕਿਉਂਕਿ ਅੱਲਾ ਦੇ ਵਾਸਤੇ ਕਿਉਂਕਿ ਬੰਦਾ ਨਾ ਫਜ਼ੂਲ ਖਰਚਾ ਸਾ ਕਰਦੇ ਆ ਰਾਜ਼ੀ ਵੇ ਠੀਕ ਹੈ ਨਾਨੀ ਮਿਹਰਬਾਨੀ ਇਨਸ਼ਾਲਾ ਜੋ ਸਾਰੇ ਤਰਫੋਂ ਨਤਾ ਹੁੰਦੀ ਸੀ ਅਸਾਂ ਕਰੇ ਸੂੰ ਮੈਂ ਦੋਸਤਾਂ ਕੋਲ ਆਦਾ ਪਈ ਮੈਂ ਰਿਕੁਐਸਟ ਮੈਂ ਕਰੇ ਸਾਂ ਦੋਸਤੋ ਇਹ ਵੀਡੀਓ ਪੂਰੀ ਵਾਚ ਕਰਨੀ ਤਾਂ ਵੀਡੀਓ ਅਗਾਂਹ ਸ਼ੇਅਰ ਕਰੇ ਸੋ ਕਿਉਂਕਿ ਇੰਨਾ ਨਹੀਂ ਦਾ ਬੱਲਾ ਥੀ ਵੇ ਕੱਪੜੇ ਪਹਿਨੀਆਂ ਅੱਛਾ ਹਾਂ ਰੋਜ਼ੀ ਤਿੰਨੀ ਮੰਗੀ ਖਾਣੀ ਅੱਛਾ ਹਾਂ ਅਸਲਾ ਪਾਕ ਤੁਹਾਡੀ ਹੈਲਪ ਕਰੇ ਸੀ ਔਰ ਤਾਂ ਦੋਸਤੀ ਕਰੇ ਸਨ ਇਨਸ਼ਾਲਾ ਤੁਹਾਡਾ ਠੀਕ ਹੈ ਨਾਨੀ ਠੀਕ ਮਿਹਰਬਾਨੀ ਜੀ ਦੋਸਤੋ ਇਹ ਬਜ਼ੁਰਗ ਨਾਲ ਮੈਂ ਹਾਲ ਵਾਲ ਕੀਤੇ ਇਹਦੇ ਬਾਰੇ ਨਾ ਘਰ ਦੇ ਹਾਲ ਵਾਲ ਅਸਾਂ ਪੁੱਛੇ ਸੀ ਇਹ ਬੇਵਾ ਔਰਤ ਅਤੇ ਨਾ ਇਹਦੇ ਨਾ ਪੁੱਤਰ ਨਾ ਧੀਰੀ ਹਨ ਇਹ ਘਰ ਦੇ ਵਿੱਚ ਇੱਕ ਨਕਲੀ ਮਈ ਔਰ ਇਹ ਵੀ ਘਰ ਇਹਨਾਂ ਕਿਰਾਏ 'ਤੇ ਹਜ਼ਾਰ ਦੋ ਹਜ਼ਾਰ ਇਹਨਾਂ ਕਿਰਾਇਆ ਭਰੇ ਦੀਏ ਅਤੇ ਆਪਣਾ ਨਾ ਘਰ ਸਰਕਟ ਇਹਨਾਂ ਜਾ ਰਹੀ ਹੈ ਤਾਂ ਨਾ ਕਿਉਂਕਿ ਅਸਾਂ ਉਵੇਂ ਨਾ ਪੈਸਾ ਫਜ਼ੂਲ ਨਾ ਖਰਚ ਔਰ ਜਗ੍ਹਾ 'ਤੇ ਕਰਦੇ ਹਾਂ ਜਿੱਥਾਂ ਸਾਡਾ ਹੱਕ ਨਹੀਂ ਬਣਦਾ ਇਹ ਹੱਕ ਹੈ ਇਹਨਾਂ ਦਾ ਹੱਕ ਹੈ ਇਹਨਾਂ ਕੋਲ ਬੰਦਾ ਇੱਕ ਕਿਉਂਕਿ ਨਾ ਬੇਵਾਦਾ ਅੱਜਾ ਰੇ ਬਹੁ ਅਤੇ ਸਵਾਬ ਹੈ ਇਨਸ਼ਾਲਾ ਵੀਡੀਓ ਅੱਛੀ ਲੱਗੀ ਵੀਡੀਓ ਪੂਰੀ ਵਾਚ ਕਰੇ ਸਰ ਸਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਸਰ ਪਾਕਿਸਤਾਨ ਜ਼ਿੰਦਾਬਾਦ ਪਾਕਪੋਰਟ ਪੈਂਦਾਬਾਦ ਜੇ ਹੈਲਪ ਕਰਨੀ ਮੈਂ ਫੋਨ ਨੰਬਰ ਦੇ ਦਿੱਤਾ ਇਨਸ਼ਾਲਾ ਮਿਹਰਬਾਨੀ ਅੱਲਾ ਹਾਫਿਜ਼।